ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਦੀ ਦਫ਼ਤਰ ਦੀ ਹੱਦ ਦੇ ਵਿੱਚ ਬਣੇ ਅਰਜ਼ੀ ਨਿਵੇਸ਼ਾਂ ਦੇ ਬੂਥਾਂ ਨੂੰ ਵੀ ਨਹੀਂ ਬਖਸ਼ਿਆ। ਮਾਮਲਾ ਮੋਗਾ ਦਾ ਹੈ ਜਿੱਥੇ ਕਿ ਵੱਖ ਵੱਖ 14 ਬੂਥਾਂ ਦੀਆਂ ਛੱਤਾਂ ਤੇ ਲੱਗੇ 12 ਏਸੀ ਕੰਪਰੈਸਰ ਤੇ ਏਸੀ ਦੀ ਪਾਈਪ ਨੂੰ ਚੋਰ ਚੋਰੀ ਕਰਕੇ ਲੈ ਗਏ ਤੇ ਚੋਰਾਂ ਨੇ ਬੂਥਾਂ ਦੀਆਂ ਛੱਤਾਂ ਤੱਕ ਭੰਨ ਸੁੱਟੀਆਂ ਤੇ ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰ, ਇੱਕ ਚੋਰੀ ਹੋਈ ਹੈ, ਤੁਸੀਂ ਪਹੁੰਚਿਆ ਮੌਕੇ ਤੇ, ਕੀ ਦੇਖਿਆ, ਕਿੰਨੇ ਕੁ ਕੰਪਰੈਸਰ ਚੋਰੀ ਹੈ? ਸਰ, ਇੱਥੇ ਮੌਕਾ ਤਾਂ ਦੇਖ ਲਿਆ ਆਪਾਂ, ਸਾਨੂੰ ਕੰਪਲੇਂਟ ਮਿਲ ਗਈ ਆ ਤੇ ਦੇਖਿਆ ਆਪਾਂ 10-12 ਜਿਹੜੇ ਆ ਰਾਤ ਕੋਈ ਨਾਮਲੂਮ ਬੰਦੇ ਜਿਹੜੇ ਆ ਚੋਰੀ ਕਰਕੇ ਲੈ ਗਏ ਆ ਤੇ ਜਿਹਦੇ ਸੰਬੰਧੀ ਹੁਣ ਆਪਾਂ ਪੜਤਾਲ ਕਰ ਰਹੇ ਹਾਂ, ਉਦੋਂ ਬਾਅਦ ਜੋ ਕਾਰਵਾਈ ਬਣੀ ਆਪਾਂ। ਵੀਡੀਓ ਵਗੈਰਾ ਆਈ ਸੀਸੀਟੀਵੀ ਕੈਮਰਾ? ਨਹੀਂ, ਅਜੇ ਮਿਲੀ ਨਹੀਂ ਕੋਈ ਵੀਡੀਓ ਤੇ ਜੋ ਹੋਈ ਕਾਰਵਾਈ ਕਰ ਦਿਆਂਗੇ ਆਪਾਂ ਜੀ। ਸਰ, ਪਹਿਲਾਂ ਵੀ ਕਾਫੀ ਚੋਰੀ ਹੋ ਚੁੱਕੀ ਹੈ, ਇਹਨਾਂ ਦੱਸੋ ਦੱਸੋ। ਚੋਰੀਆਂ ਤਾਂ ਹੋਈਆਂ, ਹੁਣ ਕਚਹਿਰੀ ਵਾਲਿਆਂ ਨੂੰ ਵੀ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਆਪਦਾ ਕੋਈ ਚੌਂਕੀਦਾਰ ਹੀ ਰੱਖ ਲਓ ਰਲ ਕੇ, ਵੀ ਇੰਨੇ ਇੱਥੇ ਹੈਗੇ ਤੁਹਾਡੇ ਚੈਂਬਰ, 100-100 ਰੁਪਈਆ ਰਲ ਕੇ ਦੇ ਦਿਆ ਕਰੋ, ਕੋਈ 2 ਮਹੀਨੇ ਸਰਦੀਆਂ ਜੋ ਧੁੰਦ ਦੇ ਦਿਨ ਹੁੰਦੇ ਕੋਈ ਚੌਂਕੀਦਾਰ ਰੱਖ ਲਿਆ ਕਰੋ, ਇਹਦੇ ਨਾਲ ਸੇਫਟੀ ਰਹਿੰਦੀ ਹੈ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ? ਸਾਡੇ ਵੱਲੋਂ ਤਾਂ ਜੋ ਬਣਦੀ ਹੈ ਫਿਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਉੱਥੇ ਹੀ ਟਾਈਪਿਸਟ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਅਤੇ ਬੂਥ ਮਾਲਕ ਨੇ ਦੱਸਿਆ ਹੈ ਕਿ ਬੀਤੀ ਰਾਤ ਚੋਰੀ ਦੀ ਘਟਨਾ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ ਤੇ 12 ਬੂਥਾਂ ਦੇ ਵਿੱਚ ਚੋਰੀ ਹੋਈ ਹੈ ਤੇ ਚੋਰਾਂ ਨੇ ਏਸੀ ਦੀ ਪਾਈਪ ਤੱਕ ਨਹੀਂ ਛੱਡੀ ਤੇ ਕਈ ਬੂਥਾਂ ਦੀਆਂ ਛੱਤਾਂ ਤੱਕ ਭੰਨ ਸੁੱਟੀਆਂ ਨੇ। ਉਹਨਾਂ ਇਹ ਵੀ ਕਿਹਾ ਹੈ ਕਿ ਇੱਥੇ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਤੇ ਪੁਲਿਸ ਨੂੰ ਇਸਦੀ ਸ਼ਿਕਾਇਤ ਦੇ ਦਿੱਤੀ ਗਈ ਹੈ। ਇਹ ਬਾਈ ਜੀ, ਚੋਰੀ ਸਾਡੇ ਅੱਗੇ ਵੀ 1-2 ਵਾਰੀ ਹੋਈ ਸੀ। ਅੱਗੇ ਨੋਰਮਲ ਜੀ ਹੁੰਦੀ, ਜਿਵੇਂ ਪਾਈਪਾਂ ਲਾ ਕੇ ਲੈ ਗਏ ਜਾਂ ਕਿਸੇ ਦੇ ਮੇਜ਼ ਚੱਕੇ ਗਏ ਜਾਂ ਕੁਰਸੀਆਂ ਚੱਕੀਆਂ ਗਈਆਂ, ਹੈ ਨਾ, ਉਹਦੇ ਸੰਬੰਧ ਦੇ ਵਿੱਚ ਕਿਤੇ ਪੱਖੇ ਲਹਿ ਗਏ, ਉਹਦੇ ਸੰਬੰਧ 'ਚ ਅਸੀਂ ਦਰਖਾਸਤਾਂ ਅੱਗੇ ਦਿੰਦੇ ਵੀ ਰਹੇ ਹਾਂ ਦਫ਼ਤਰਾਂ ਦੇ ਵਿੱਚ, ਸਿਟੀ ਵਨ ਨਹੀਂ ਸਾਨੂੰ ਲੱਗਦਾ, ਪਰ ਸਾਡਾ ਕਿਸੇ ਨੇ ਮਾੜੀ ਕਿਸਮਤ ਨਾਲ ਮੌਕਾ ਵੀ ਨਹੀਂ ਵੇਖਿਆ ਸੀ ਕਿਤੇ ਆ ਕੇ। ਅੱਜ ਅਸੀਂ ਸਵੇਰੇ ਡੀ ਸਾਹਿਬ ਨੂੰ ਮਿਲੇ ਸੀ, ਜਿਹੜੀ ਰਾਤ ਚੋਰੀ ਹੋਈ ਆ, ਰਾਤ 12:30 ਏਸੀ ਲੱਥੇ ਆ, 3 ਏਸੀਆਂ ਦੀਆਂ ਜਿਹੜੀਆਂ ਉਹ ਪਾਈਪਾਂ ਲੱਥੀਆਂ ਅਤੇ 5-7 ਜਿਹੜੇ ਬੂਥ ਆ ਸਾਡੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਟੁੱਟੀਆਂ, ਕਿਉਂਕਿ ਛੱਤਾਂ ਸਾਡੀਆਂ ਜਿਹੜੀਆਂ ਉਹ ਸਲੇਟਾਂ ਦੀਆਂ ਪਾਈਆਂ ਹੋਈਆਂ ਸੀਮੈਂਟ ਦੀਆਂ, ਉਹ ਜਦੋਂ ਉੱਤੋਂ ਦੀ ਵਜਨ ਲੈ ਕੇ ਨੰਘੇ ਆ ਉਹਦੇ ਵਜਨ ਦੇ ਨਾਲ ਉਹ ਟੁੱਟੀਆਂ। ਅਤੇ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ? ਤਕਰੀਬਨ ਬਾਈ 5-6 ਲੱਖ ਦਾ ਮੰਨ ਕੇ ਚੱਲੋ, 12 ਏਸੀ ਹੈ, 40-50 ਹਜ਼ਾਰ ਤੋਂ ਘੱਟ ਤਾਂ ਏਸੀ ਕਿਸੇ ਦਾ ਵੀ ਨਹੀਂ ਆਉਂਦਾ ਹੈਗਾ। ਕਿੰਨੇ ਬੂਥ ਨੇ ਜਿਹੜੇ ਤੁਹਾਡੇ ਇੱਥੇ ਬਣੇ ਹੋਏ? ਇੱਥੇ ਟੋਟਲ 111 ਬੂਥ ਆ ਜੀ, ਜਿਨ੍ਹਾਂ ਦੇ ਵਿੱਚੋਂ 90-95 ਬੂਥ ਚਾਲੂ ਆ, ਕੁਛ ਬੰਦੇ ਦੀ ਡੈਥ ਹੋਈ ਵੀ ਆ ਜਾਂ ਕੋਈ ਬਾਹਰ ਚਲੇ ਗਏ ਉਹ ਬੰਦ। ਅੱਜ ਸਵੇਰੇ ਜੀ ਅਸੀਂ ਜਦੋਂ ਘਰ ਤੋਂ ਇੱਥੇ ਆਏ ਹਾਂ ਤਾਂ ਸਾਨੂੰ ਉੱਥੇ ਘਰ ਕਿਸੇ ਨੇ ਫੋਨ ਕੀਤਾ ਕਿ ਤੁਹਾਡੇ ਇੱਥੇ ਚੋਰੀ ਹੋ ਚੁੱਕੀ ਆ। ਜਿੰਨੇ ਸਾਡੇ ਏਸੀ ਸੀ ਉਹਨਾਂ ਸਾਰਿਆਂ ਦੇ ਕੰਪਰੈਸ਼ਰ ਘੱਟੋ ਘੱਟ 12-16 ਦੇ ਵਿੱਚ ਉਹਨਾਂ ਦੀ ਗਿਣਤੀ ਆ, ਸਾਰੇ ਚੋਰੀ ਹੋ ਚੁੱਕੇ ਆ। ਇੱਥੋਂ ਦੀ ਉੱਤਰ ਲੱਗੇ ਤਾਂ ਸਾਡੀਆਂ ਸਾਰੀਆਂ ਉੱਪਰੋਂ ਸਾਰੀ ਛੱਤ ਵੀ ਤੋੜੀ ਪਈ ਆ ਉਹਨਾਂ ਦੀ। ਤੁਹਾਡਾ ਵੀ ਕੋਈ? ਹਾਂਜੀ, ਸਾਡਾ ਵੀ ਹੋਇਆ, ਕੰਪਰੈਸ਼ਰ ਹੀ ਚੋਰੀ ਹੋਇਆ ਜੀ। ਏਸੀ ਦਾ ਕੰਪਰੈਸ਼ਰ ਅਤੇ ਪਾਈਪਾਂ ਨੇੜੇ ਆ ਜੀ, ਬਹੁਤ ਨੇੜੇ ਆ। ਕੋਈ ਨੀ ਆਈ ਹਜੇ ਤੱਕ ਜੀ। ਅੰਦਾਜ਼ਨ ਤੁਸੀਂ ਦੇਖੋ, 12-16 ਏਸੀ ਦੇ ਵਿੱਚ ਵਿਦ ਪਾਈਪਾਂ ਦੇ ਵਿੱਚ ਘੱਟੋ ਘੱਟ ਮੇਰੇ ਹਿਸਾਬ ਦੇ ਵਿੱਚ ਤਾਂ ਜ਼ਿਆਦਾ ਨਹੀਂ ਤਾਂ 25-30 ਹਜ਼ਾਰ ਦਾ ਤਾਂ ਕੰਪਰੈਸ਼ਰ, 4-5 ਲੱਖ ਦਾ ਨੁਕਸਾਨ ਹੋ ਚੁੱਕਿਆ ਜੀ। ਜਗਬਾਣੀ ਟੀਵੀ ਲਈ ਮੋਗਾ ਤੋਂ ਓਕਾੜਾ ਦੀ ਰਿਪੋਰਟ।